ਨਾ ਕਾਦਾ ਹਾਰਨ ਮਾਰੀ ਜਾਣਾ ਤੈਨੂੰ ਸੁਣਿਆ ਨਹੀਂ ਤੈਨੂੰ ਮੇਰੇ ਗੱਲ ਦਾ ਸੁਣ ਲੋ ਜੀ ਮੈਂ ਉੱਪਰ ਸਫਾਈ ਕਰ ਰਹੀ ਸੀ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਕਿਹੜਾ ਖਸਮ ਬੈਠਾ ਤੂੰ ਉੱਪਰ ਤੇਰਾ ਕੋਈ ਨਹੀਂ ਬੈਠਾ ਸੀ ਤੁਸੀਂ ਐਂ ਕਦੋਂ ਕਰਦੇ ਮੈਂ ਨਾ ਸਫਾਈ ਕਰ ਰਹੀ ਸੀ ਮੈਨੂੰ ਪਤਾ ਨਹੀਂ ਸਫਾਈ ਕਰਦੀ ਸੀ ਜਦੋਂ ਤੱਕ ਤੇਰੇ ਚਾਰ ਪੈਂਦੇ ਨਹੀਂ ਤੇਰੇ ਕੰਨ ਖੁੱਲਦੇ ਨਹੀਂ ਹੈਗੇ ਮੇਰੇ ਸਾਲੇ ਦੀ ਕੁੱਤੜ ਨਾ ਹੋਵੇ ਜੀ ਅਮਦੜਾ ਕੇ ਹੁਣ ਕਿੱਧਰ ਮੰਜਾ ਕੇ ਹੈ ਤੈਨੂੰ ਡਾ ਦੇ ਮੈਂ ਕਹਿੰਦੀ ਸੀ ਜੀ ਟੁੱਟਿਆ ਹੋਇਆ ਤਾਂ ਦੂਜਾ ਲੈ ਕੇ ਡਾ ਡਾ ਜਦੋਂ ਤੱਕ ਤੇਰੇ ਚਾਰ ਪੈਂਦੇ ਨਹੀਂ ਨਾ ਤੇਰੇ ਸਾਰੇ ਦੀ ਗੱਲ ਅੰਦਰ ਆਏ ਡਾ ਦੇ ਤੈਨੂੰ ਪਤਾ ਨਹੀਂ ਹੈ ਤੈਨੂੰ ਵੀ ਕਿਵੇਂ ਡਾਨੇ ਹੁੰਦੇ ਨੇ ਮੰਜਾ ਜਾ ਬੋਤਲ ਲੈ ਕੇ ਆ ਮੇਰੀ ਬੋਤਲ ਲੈ ਕੇ ਆ ਮੇਰੇ ਸਾਲੇ ਦੇ ਰੋਜ਼ ਬੀਪੀ ਵਧਾ ਦਿੰਦੇ ਨੇ ਨਾਲੇ ਰੋਜ਼ ਦਾ ਕਿਹਾ ਹੋਇਆ ਵੀ ਐਂ ਕਰ ਲਿਆ ਕਰੋ ਓਏ ਹਾਂਜੀ ਦਾਦੀ ਕਿੱਥੋਂ ਐ ਡੈਡੀ ਖੇਡ ਕੇ ਆਇਆ ਸੀ ਬਾਹਰੋਂ ਖੇਡਣ ਨੂੰ ਸਾਲਾ ਤੇਰੇ ਚ ਭੂਤ ਬੜੇ ਨੇ ਮੇਰੇ ਸਾਲੇ ਦੇ ਮਲੰਗ ਕੋਈ ਕੰਮ ਨਹੀਂ ਕਰਦੇ ਤੇਰੇ ਜੱਡੇ ਜੱਡੇ ਦਾ ਹਰਾ ਵੱਟ ਕੇ ਲਿਆਉਂਦੇ ਨੇ ਖੜੇ ਤੇ ਸਾਲਾ ਖੇਡਣ ਦਾ ਨਾਲੇ ਹੋਰ ਦਾ ਦੇਖ ਖਸਮਾਂ ਨੇ ਕਿੱਥੇ ਲਹੂ ਪੀਤਾ ਸਾਲੀ ਬਣੀਆ ਘੂਰਨ ਦੀ ਹੁਣ ਮੈਂ ਸੁੱਕੀ ਪੀਊਂਗਾ ਪਾਣੀ ਤੇਰਾ ਬਾਪ ਲਿਆਊਗਾ ਲਿਆ ਇਸ ਸਾਲੇ ਨੇ ਕਿੱਥੇ ਪੱਲੇ ਪਾਤੀ ਮੇਰੇ ਇਕੱਲੀ ਮੌਤ ਨੀ ਰੋਜ਼ ਇੱਕ ਗੱਲ ਨੂੰ ਦੱਸੀ ਜਾਓ ਦੱਸੀ ਜਾਓ ਦੱਸੀ ਜਾਓ ਦੇਖ ਮੇਰਾ ਸਾਲਾ ਕਿਵੇਂ ਮਿੱਟੀ ਦਾ ਬਾਬਾ ਬਣਿਆ ਖੜਿਆ ਅਜੇ ਕਹਿੰਦਾ ਖੇਡ ਕੇ ਆਇਆ ਮੈਂ ਦੱਸਦਾ ਤਾਂ ਐਂ ਜਾਣੋ ਜੰਗ ਜਿੱਤ ਕੇ ਆਇਆ ਜਾ ਮੇਜ ਲੈ ਕੇ ਆ ਕੁਛ ਨੀ ਸਿੱਖੇ ਹਲੇ ਤੱਕ ਐਡੇ ਐਡੇ ਬੋਡਲ ਹੋ ਗਏ ਖੜੋ ਸੀ ਲੋਕ ਇੰਨਾ ਇੰਨਾ ਕੰਮ ਕਰਦੇ ਨੇ ਤੈਨੂੰ ਰੋਜ਼ ਕਹਿਣਾ ਵੀ ਕੱਚ ਦਾ ਗਲਾਸ ਲੈ ਕੇ ਆਇਆ ਕਰ ਉਹ ਵਾਸ਼ ਕਰਨ ਵਾਲੇ ਪਏ ਸੀ ਅਜੇ ਤਾਂ ਕਰਕੇ ਬਾਸਤੀ ਅੰਗਰੇਜ਼ੀ ਦੇਖ ਕਿ ਮੈਂ ਵੜਦੀ ਆ ਚਰੀ ਮੰਗੂ ਪੁੱਤ ਤੂੰ ਇੱਥੇ ਖੜਾ ਕੀ ਕਰਦਾ ਜਾਂ ਅੰਦਰ ਵਗ ਜਾ ਤੂੰ ਉਰੀ ਖੜ ਕੀ ਹੋ ਰਿਹਾ ਇਹਨੂੰ ਗੋਲੀ ਨਹੀਂ ਵੱਜੀ ਇਹਦੇ ਕੀ ਹੋ ਰਿਹਾ ਮੈਂ ਜੀ ਹੁਣੀ ਇਹਨੂੰ ਦਵਾਈ ਦਵਾ ਕੇ ਲਈ ਹਾਂ ਜਵਾਕ ਨੂੰ ਇੰਨਾ ਬੁਖਾਰ ਚੜ ਰਿਹਾ ਬੰਬ ਨਹੀਂ ਡਿੱਗਿਆ ਜਵਾਕ ਤੇ ਡੰਡ ਮੈਡੀਕਲ ਆਓ ਤੂੰ ਜਾ ਗੰਡਾ ਲੈ ਕੇ ਆ ਜਵਾਕ ਬਿਮਾਰ ਹੋ ਰਿਹਾ ਇਹਦੀ ਤਾਂ ਦਰਸ ਖਾ ਲਓ ਤੁਸੀਂ ਤੈਨੂੰ ਗੰਡਾ ਕਿਹਾ ਨਾ ਗੰਡਾ ਲੈ ਕੇ ਆ ਲਾ 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 ਚੱਲ ਤੇਰੀ ਇਹੀ ਸਜ਼ਾ ਦੇ ਦੇਖ ਕਿਵੇਂ ਲਾਉਂਦਾ ਮੇਰਾ ਸਾਲਾ ਜਿਵੇਂ ਗੋਡੇ ਪਾਣੀ ਉਤਰੇ ਹੋਵੇ ਆ ਲਓ ਜੀ ਪੁੱਤ ਤੂੰ ਅੰਦਰ ਜਾ ਕੇ ਪੜ ਲਾ ਜਾਂ ਚੱਲ ਜਾ ਪੜ੍ਹ ਕੇ ਲੱਗੂਗਾ ਡੀਸੀ ਇਹ ਪਹਿਲਾਂ ਤੈਨੂੰ ਕਹਿੰਦੇ ਤੇ ਪੜ੍ਹੀ ਹੋਈ ਹੈ ਪੜ੍ਹੀ ਹੋਈ ਤਾਂ ਹੈਗੀ ਸੀ ਜੀ ਇੱਕੋ ਹੀ ਪੇਪਰ ਰਹਿੰਦਾ ਸੀ ਜੇ ਨਾ ਜਲਦੀ ਕਰਦੇ ਵਿਆਹ ਨੂੰ ਤਾਂ ਦੇ ਦਿੰਦੀ ਅੱਜ ਖਬਰ ਹੈ ਕੁਛ ਲੱਗ ਹੀ ਜਾਂਦੀ ਲੱਗ ਜਾਂਦੀ ਤੂੰ ਲੱਗ ਜਾਂਦੀ ਕੰਨ ਗੋਇਕ ਪੇਪਰ ਨਾਲ ਤਾਂ ਅਕਲ ਦਾ ਤੈਨੂੰ ਹਲੇ ਤੱਕ ਨਹੀਂ ਆਈ ਵੀ ਕਦੋਂ ਪਾਣੀ ਲਿਆਉਣਾ ਕਦੋਂ ਸਲਾਦ ਲਿਆਉਣਾ ਕਦੋਂ ਰੋਟੀ ਲਿਆਉਣੀ ਹੈ ਤੁਸੀਂ ਘੱਟ ਪੀ ਲਿਆ ਕਰੋ ਨਾ ਇਹਨੂੰ ਛੱਡ ਦਿਓ ਹੁਣ ਹੋਰ ਕੁਛ ਜਿਹੜਾ ਕੰਮ ਕਰਨਾ ਉਹ ਨਹੀਂ ਕਰਨਾ ਮੈਂ ਸਾਰੇ ਕੰਮ ਕਰ ਲਏ ਜੀ ਕਰਦੇ ਕੋਈ ਕੰਮ ਨਹੀਂ ਰਿਹਾ ਹੁਣ ਰੋਟੀ ਤੇਰੀ ਮਾਂ ਲਿਆਉ ਪਤਾ ਨਹੀਂ ਤੈਨੂੰ ਹਾਂ ਮੈਂ ਰੋਟੀ ਲੈ ਕੇ ਆਉਣੀ ਆ ਹੁਣ ਹੀ ਲੈ ਕੇ ਆਈ ਬਸ ਖਾਊਂਗਾ ਮੇਰੇ ਸਾਲਿਓ ਤੁਹਾਨੂੰ ਪੈਗ ਬੜਾ ਹੁਣ ਇਹ ਕੰਮ ਵੀ ਤੁਸੀਂ ਮੇਰੇ ਤੋਂ ਕਰਾਇਆ ਕਰੋਗੇ ਜੀ ਤੁਸੀਂ
ਤੁਸੀਂ ਇੱਕ ਵਾਰ ਇਹ ਤਾਂ ਸੋਚ ਲਓ ਕਿ ਆਪਣੇ ਜਵਾਕ ਤੇ ਕੀ ਅਸਰ ਪੈਂਦਾ। ਸਾਲੀ ਜਵਾਕ ਦੀ ਠੰਡੀਆਂ ਮੱਥੇ ਮਾਰੀਆਂ ਮੇਰੇ। ਨਹੀਂ ਮੈਂ ਤਾਂ ਹੁਣ ਬਣਾ ਕੇ ਲੈ ਕੇ ਆਈ ਹਾਂ ਰੋਟੀ। ਮਰੂੰਗਾ ਕੰਨ ਤੇ ਮੈਂ, ਪਾਗਲ ਆ ਮੈਂ। ਚਲੋ ਮੈਂ ਗਰਮ ਕਰ ਲਿਆਉਂਦੀ ਹਾਂ ਦੁਬਾਰਾ। ਪਾਣੀ ਲੈ ਕੇ ਭੇਜ ਉਹਨੂੰ ਠੰਡਾ ਜਾ। ਮੇਰਾ ਸਾਲਾ ਨਾਨਕਿਆਂ ਤੇ ਵਗ ਗਿਆ, ਜੀਜੂ ਤਾਂ ਲਾਣੀ ਨੀ। ਘੰਟਾ ਘੰਟਾ ਲਾ ਦਿੰਦੀ ਹੈ ਫਿਰ ਕਿ ਨਹੀਂ ਠੰਡੀ। ਤੇਰਾ ਬੇੜਾ ਬਹਿ ਤੇਰਾ ਮੇਰੇ ਸਾਰੀ। ਹੁਣ ਕੀ ਹੋ ਗਿਆ ਜੀ? ਮੂੰਹ ਮਚਾ ਕੇ ਧੱਤਾ, ਪਤਾ ਨੀ ਇੰਨੀ ਗੱਲ ਹੋ ਗਈ। ਖਾਊਂਗਾ ਕੱਚਿਆਂ ਨੂੰ ਤੁਹਾਨੂੰ ਆਈ ਹੋ, ਖਾਊਂਗਾ ਕੱਚਿਆਂ ਨੂੰ ਤੁਹਾਨੂੰ, ਮਾਰ ਦੂੰਗਾ ਮੇਰੇ ਸਾਲਿਆਂ ਨੂੰ। ਬੜੀਆਂ ਕਰਾਂਗੇ ਅਸੀਂ ਕੱਚਿਆਂ ਨੂੰ, ਖਾਵਾਂਗਾ। ਮੰਮੀ ਆਪਾਂ ਘਰੇ ਕਦੋਂ ਕੁ ਜਾਵਾਂਗੇ? ਹਜੇ ਤਾਂ ਗਰਮੀ ਵਾਲੀ ਆ। ਜਾਵਾਂਗੇ ਪੁੱਤ, ਨਗੂ ਪੁੱਤ ਕਦੇ ਦਾਰੂ ਨਾ ਪੀ। ਨਹੀਂ ਪਾਲੀ, ਅੱਜ ਫੇਰ ਉਹੀ ਕੰਮ ਹੋ ਗਿਆ, ਫੇਰ ਘਰੋਂ ਕੱਢਤਾ ਕੁੱਟ ਕੇ। ਤੈਨੂੰ ਪਤਾ ਹੀ ਆ। ਨਹੀਂ ਆ ਦੇਖ ਰਹੀ ਨੀਲ ਕਿੰਨੇ ਪਾ ਰੱਖੇ ਨੇ ਮਲੰਗ ਸਿਰੇ ਦਾ। ਚੱਲ ਚੁੱਪ ਕਰ, ਕਾਹਨੂੰ ਰੋਨੀ ਹੈਗੀ? ਕਿੰਨੀ ਸੋਹਣੀ ਸੁਨੱਖੀ ਕੁੜੀ ਰੋਲ ਕੇ ਰੱਖਤੀ ਕੰਜਰ ਨੇ। ਨੀ ਤੂੰ ਇੱਥੇ ਕੀ ਮੰਗਦੀ ਐ? ਨੀ ਛੱਡ ਕੇ ਬੈਗ ਵਗ ਜਾ ਦੇ ਪੇਕਿਆਂ ਦੇ। ਕਿਵੇਂ ਵਗ ਜਾ ਭੈਣੇ, ਤੈਨੂੰ ਪਤਾ ਮਾਂ ਪਿਓ ਇੱਕ ਵਾਰ ਮਜ਼ਾ ਬਿਆ ਕੇ ਤੋਰ ਦੇ ਆਉਂਦੀ ਧੀ ਨੂੰ, ਉਹਨਾਂ ਦੇ ਬਾਰ ਚ ਬੈਠੀ ਸੋਹਣੀ ਲੱਗੂਗੀ ਮੈਂ। ਨੀ ਕਮਲੀ ਇੰਨਾ ਤਾਂ ਤੇਰਾ ਭਰਾ ਕਮਾ ਲੈਂਦਾ, ਨੀ ਤੈਨੂੰ ਬਿਠਾ ਕੇ ਤਾਂ ਖਵਾ ਦੂਗਾ। ਨੀ ਇਹ ਤੋਂ ਕੀ ਮੰਗਦੀ ਐ? ਰੋਜ਼ ਕੁੱਟਣ ਬੈਠ ਜਾਂਦਾ ਹੈਗਾ, ਰੋਜ਼ ਤੇਰੀਆਂ ਚੀਕਾਂ ਮੈਨੂੰ ਕੰਨ ਤੋਂ ਨੀ ਸੁਣਦੀਆਂ ਨੇ। ਨੀ ਮੈਥੋਂ ਜਰਿਆ ਨੀ ਜਾਂਦਾ ਨੀ ਤੇਰਾ ਦੁੱਖ, ਆਪਾਂ ਇੱਕੋ ਪਿੰਡ ਦੇ ਆਂਗੇ ਫਿਰ ਵੀ। ਨਹੀਂ ਭੈਣੇ, ਹੁਣ ਤਾਂ ਜਿਸ ਘਰ ਤੂੰ ਜਾਊ ਮੇਰੀ ਅਰਥੀ ਹੋ ਜਾਊਗੀ। ਜਿਉਂਦੇ ਜੀ ਤਾਂ ਨੀ ਮੈਂ ਇੱਥੋਂ ਜਾ ਸਕਦੀ, ਇਹ ਜਵਾਕ ਨੂੰ ਮੈਂ ਕਿਵੇਂ ਜ਼ਿੰਦਗੀ ਦਊਂਗੀ? ਨਹੀਂ ਉਹੀ ਤਾਂ ਮੈਂ ਕਹਿੰਦੀ ਹੈਗੀ, ਇਹਦੇ ਕੰਜਾ ਦੀ ਜਾਂ ਤਾਂ ਰਿਪੋਰਟ ਕਰਾ ਦੇ ਕਿਸੇ ਪੁਲਿਸ 'ਚ ਜਾ ਕੇ, ਇਹਨੇ ਚੰਗਾ ਪਟਾ ਲਵਾ ਦੇ ਇਹਨੂੰ, ਆਵੇ ਤੇਰੀ ਸੁੱਟ ਟਿਕਾਣੇ। ਇਹ ਜਵਾਕ ਦੀ ਜ਼ਿੰਦਗੀ ਖਰਾਬ ਕਰ ਰੱਖੀ ਆ ਉਹਨੇ। ਇਹ ਜੇ ਬੰਦੇ ਭੈਣੇ ਕਦੇ ਨਹੀਂ ਸੁਧਰਦੇ ਹੁੰਦੇ। ਚੱਲ ਸੌ ਗਿਆ ਹੋਊਗਾ, ਅੰਦਰ ਜਾਂਦੀ ਹਾਂ ਮੈਂ। ਪਾਲੀ ਮੇਰੀ ਗੱਲ ਸੁਣ, ਨੀ ਆਪਾਂ ਜਦੋਂ ਇਕੱਠੀਆਂ ਪੜ੍ਹਦੀਆਂ ਸੀ ਮੈਂ ਤੈਨੂੰ ਕੀ ਕਹਿੰਦੀ ਸੀ ਕਿ ਤੇਰਾ ਘਰ ਵਾਲਾ ਤੈਨੂੰ ਇੰਨਾ ਸਾਊ ਮਿਲੇ? ਨੀ ਮੈਨੂੰ ਕੀ ਪਤਾ ਸੀ ਵੀ ਸੋਨੇ ਵਰਗੀ ਕੁੜੀ ਨੂੰ ਰੋਲ ਕੇ ਰੱਖ ਦੂਗਾ। ਮੇਰੀ ਕਿਸਮਤ ਸੀ ਭੈਣੇ, ਫਿਰ ਇਹ ਕਿਸੇ ਦਾ ਕੋਈ ਕਸੂਰ ਨਹੀਂ। ਪਾਲੀ ਹਜੇ ਵੀ ਮੌਕਾ ਹੈ, ਦੇਖ ਮੇਰੀ ਗੱਲ ਮੰਨ, ਚਲੀ ਜਾ ਇੱਥੋਂ। ਨਹੀਂ ਭੈਣੇ ਮੈਂ ਨਹੀਂ ਜਾ ਸਕਦੀ। ਨੀ ਤੂੰ ਇੰਨਾ ਕਿਵੇਂ ਕੁੱਟ ਖਾਏਂਗੀ ਰੋਜ਼ ਰੋਜ਼ ਬੋਲੀਏ? ਕੋਈ ਗੱਲ ਨਹੀਂ, ਉਹ ਮੇਰੀ ਕਿਸਮਤ ਆ, ਪਰ ਮੈਂ ਇੱਥੋਂ ਨਹੀਂ ਜਾ ਸਕਦੀ। ਚੱਲ ਪੁੱਤ, ਚੱਲ ਠੀਕ ਹੈ ਭੈਣੇ, ਧੰਨਵਾਦ ਤੇਰਾ, ਤੂੰ ਆ ਕੇ ਮੈਨੂੰ ਮੇਰਾ ਹਾਲ ਚਾਲ ਪੁੱਛ ਲੈਂਦੀ। ਚੱਲ ਸੁਣ ਪੁੱਤ। ਹਾਂਜੀ ਮਾਸੀ ਜੀ। ਤੇਰੀ ਮੰਮੀ ਤਾਂ ਬੌਲੀ ਹੋ ਗਈ, ਏਦਾਂ ਕਰ ਤੂੰ ਵੀ ਆਪਦੇ ਮਾਮੇ ਨੂੰ ਫੋਨ ਕਰ ਦੇ। ਠੀਕ ਹੈ ਮਾਸੀ ਜੀ, ਮੈਂ ਅੱਜ ਹੀ ਕਰਦਾ। ਚੰਗਾ ਪੁੱਤ, ਜਾ ਧਿਆਨ ਰੱਖੀ ਆਪਦੀ ਮੰਮੀ ਦਾ ਜਾ ਕੇ। ਠੀਕ। ਇਹਦੀ ਮਾਂ ਕਹਿੰਦੀ ਹੁੰਦੀ ਸੀ ਕਿ ਮੇਰੀ ਧੀ ਨੂੰ 15 ਕਿੱਲਿਆਂ ਵਾਲਾ ਥਿਆ ਗਿਆ, ਨਾ ਹੁਣ ਕੀ ਕੋਠੀਆਂ ਕਾਰਾਂ ਨੂੰ ਚੱਟੂਗੀ ਇਹ। ਮੇਰੀ ਗੱਲ ਸੁਣ ਬਾਈ, ਤੂੰ ਲੈਣਾ ਕੁੜੀ ਨੂੰ ਤੀਜੇ ਦਿਨ ਕੁੱਟ ਦੇਣਾ, ਉਹ ਗੱਲੀ ਗੱਲ ਕਰ ਲਾ ਬਾਈ ਜਿਹੜੀ ਕਰਨ ਵਾਲੀ ਆ ਕੋਈ। ਓ ਯਾਰ ਅਮਰਤ ਬਾਈ, ਨਹੀਂ ਮਾਰਿਆ ਯਾਰ ਇਹਨੇ, ਕਦੋਂ ਮਾਰਿਆ ਤੁਹਾਡੇ? ਓ ਯਾਰ ਉਹ ਕੀ ਬੋਲੂਗੀ, ਉਹ ਤਾਂ ਡਰਦੀ ਆ ਦੇਥੋਂ, ਉਹਨੇ ਤਾਂ ਮੈਨੂੰ ਪਹਿਲਾਂ ਨਹੀਂ ਦੱਸਿਆ ਹੈਗਾ। ਓਏ ਮੇਰੀ ਗੱਲ ਸੁਣ ਬਾਈ,
ਉਹ ਯਾਰ ਮਾੜਾ ਮੋਟਾ ਘੂਰੇ ਤੇ ਇਹਨਾਂ ਦਾ ਟਾਈਮ ਤੇ ਯਾਰ ਰੋਟੀ ਦੇਣ, ਕਦੇ ਠੰਡੀ ਕਦੇ ਤੱਤੀ, ਯਾਰ ਕੋਈ ਬੰਦਾ ਕੋਈ ਟਾਈਮ ਤੇ ਕੋਈ ਚੱਜ ਸੂਰ ਦੀ ਰੋਟੀ ਦੇ ਦੇ, ਹੋਰ ਮੈਂ ਇਹਨਾਂ ਤੋਂ ਕੀ ਮੰਗਦਾ ਦੱਸ ਪਹਿਲਾਂ ਮੈਂ। ਬਾਈ ਮੰਗਣ ਦੀ ਗੱਲ ਨੀ, ਫਿਰ ਤੂੰ ਮੂੰਹੋਂ ਕਹਿ ਦੇ ਜਿਹੜਾ ਕੁਛ ਲੈਣਾ, ਆ ਕੁੱਟਣ ਵਾਲੀ ਕੀ ਗੱਲ ਹੋ ਗਈ ਇਹਦੇ ਵਿੱਚ ਪਹਿਲਾਂ। ਉਹ ਮਾੜਾ ਜਿਹਾ ਜ਼ਿਆਦੇ ਘੂਰੇ ਗਏ, ਆਹ ਨੀ ਕੰਜਰ ਪੜਦਾ ਹੈਗਾ, ਇਹਨੂੰ ਕਿਹਾ ਤੀ ਵੀ ਤੂੰ ਪੜ ਲੈ, ਇਹ ਨੀ ਸਾਰਾ ਦਿਨ ਜਦੋਂ ਪੁੱਛ ਲੈ ਮੈਂ ਤਾਂ ਖੇਡ ਕੇ ਆਉਣਾ, ਮੈਂ ਖੇਡ ਕੇ ਆਉਣਾ, ਇਹ ਘੂਰਿਆ ਤੀ ਮਾੜਾ ਜਿਹਾ, ਹੋਰ ਜਵਾਕ ਨੂੰ ਇੰਨਾ ਕਦੇ ਕਹਿਣੀ ਬਣਦਾ ਯਾਰ। ਉਹ ਤਾਂ ਤੇਰੀ ਗੱਲ ਠੀਕ ਆ, ਇੱਕ ਤੇਰੀ ਯਾਰ ਇੰਨੀ ਦਾਰੂ ਵੀ ਠੀਕ ਨੀ ਹੈਗੀ। ਠੀਕ ਆ ਬਾਈ। ਉਹ ਯਾਰ ਪਤਾ ਕੀ, ਖੇਤ ਯਾਰ ਬੰਦੇ ਆ ਗਏ ਸਪਰੇਅ ਕਰਕੇ ਹਟੇ ਦੇ, ਤਾਂ ਘੁੱਟ ਲਾ ਲਈ, ਹੋਰ ਮੈਂ ਤਾਂ ਸ਼ਾਮ ਨੂੰ ਲਾਉਣਾ ਹੁੰਦਾ। ਉਹ ਬਾਈ ਮੈਂ ਤਾਂ ਗੱਲਾਂ ਸੁਣੀਆਂ ਨੇ, ਠੀਕ ਆ, ਕਹਿੰਦੇ ਤੂੰ ਤਾਂ ਦਾਰੂ ਬਹੁਤ ਪੀਣ ਲੱਗ ਗਿਆ ਯਾਰ ਪਤੰਦਰਾ, ਐਵੇਂ ਦਾ ਥੋੜ੍ਹੀ ਹੁੰਦਾ। ਚੱਲ ਯਾਰ ਤੈਨੂੰ ਅੱਜ ਤੋਂ ਲਾਂਭਾ ਨਹੀਂ ਆਊਗਾ, ਨਹੀਂ ਪੀਂਦਾ ਯਾਰ। ਤੂੰ ਆਪਦੇ ਘਰ ਬਾਰੇ ਵੀ ਤਾਂ ਸੋਚ ਯਾਰ, ਖਰਾਬ ਹੋ ਜੂਗਾ ਘਰ ਖਰਾਬ ਜੇ ਮੈਂ ਕੁੜੀ ਨੂੰ ਨਾਲ ਲੈ ਗਿਆ, ਜਿਹੜੇ ਹਿਸਾਬ ਨਾਲ ਤੂੰ ਕੁੱਟ ਕਟਾਪਾ ਹੀ ਕਰਦਾ। ਉਹ ਨਹੀਂ ਯਾਰ, ਸੋਰੀ ਮੰਗਦਾ ਤੁਹਾਡੇ ਤੋਂ, ਮੈਂ ਨਾਲ ਜਾਣ ਵਾਲੀ ਕਿੱਡੀ ਕੁ ਗੱਲ ਆ ਯਾਰ, ਜਵਾਕਾਂ ਨੂੰ ਹੁਣ ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕਦੇ ਤਾਂ ਹੁੰਦੀ ਨੇ। ਉਹ ਬਾਈ ਫਿਰ ਇੰਨੇ ਵੀ ਨਹੀਂ ਖੜਕਣੇ ਚਾਹੀਦੇ, ਠੀਕ ਆ, ਮੇਰੀ ਗੱਲ ਸੁਣ ਲਾ, ਹੁਣ ਤਾਂ ਬਖਸ਼ ਦਿੰਦਾ, ਠੀਕ ਆ, ਅੱਗੇ ਤੋਂ ਮੈਂ ਕੁੜੀ ਨੂੰ ਨਾਲ ਲੈ ਕੇ ਜਾਊਂਗਾ। ਹਜੇ ਤਾਂ ਮੈਂ ਘਰੇ ਗੱਲ ਨਹੀਂ ਦੱਸੀ ਹੈਗੀ ਇਹ, ਵੀ ਐਂ ਕਰਕੇ ਕੁੜੀ ਨਾਲ ਇੰਨਾ ਕੁਛ ਹੋ ਰਿਹਾ। ਚੱਲ ਕੋਈ ਨਹੀਂ, ਹੁਣ ਅੱਗੇ ਤੋਂ ਲਾਂਭਾ ਨਹੀਂ ਆਉਂਦਾ ਤੈਨੂੰ। ਚੱਲ ਹੁਣ ਰਲ ਮਿਲ ਕੇ ਰਹਿ ਕਰੋ, ਠੀਕ ਆ, ਚੰਗਾ ਮੈਂ ਚੱਲਦਾ ਬਾਈ, ਮੈਨੂੰ ਵੀ ਕੰਮ ਨੀਗੇ, ਠੀਕ ਆ। ਚੰਗਾ ਭਾਈ, ਕੁੜੀਓ ਤੂੰ ਵੀ ਮਾੜਾ ਧਿਆਨ ਨਾਲ ਬੋਲਿਆ ਕਰ, ਠੀਕ ਆ, ਰਲ ਮਿਲ ਕੇ ਰਿਹਾ ਕਰਦੇ ਨੇਗੇ। ਚੰਗਾ ਚੰਗਾ ਭਾਈ, ਚੰਗਾ। ਸਪੜ ਸਪੜ ਕਰਦੀ ਫਿਰਦੀ ਆ, ਪਾਣੀ ਪਾ ਦੇ ਨਹਾਉਣ ਨੂੰ, ਕਰਦਾ ਕਿਹਾ ਪਾਣੀ ਪਾ ਕੇ ਆਈ ਆਈ ਨਹਾ ਲਓ। ਤੇਲ ਕਿੱਥੇ ਮੱਚ ਗਿਆ, ਜਦੋਂ ਮਰਜ਼ੀ ਦੇਖ ਲਿਆ, ਮੇਰੇ ਸਾਲੇ ਦੀ ਖਾਲੀ ਹੁੰਦੀ ਸੀ ਸੀ, ਪਤਾ ਨੀ ਕਿੱਧਰ ਫੂਕ ਦਿੰਦੀ ਹੈ। ਤੈਨੂੰ ਦਿਸਦਾ ਨੀ ਵੀ ਮੈਂ ਬੋਤਲ ਤੂੜੀ ਵਾਲੇ ਤੇ ਰੱਖਿਆ ਵਾ, ਜਾ ਰੱਖ ਗਿਆ ਤੂੜੀ ਵਾਲੇ ਤੇ। ਵੀ ਆ ਤੇਲ ਕਹਿੰਦਾ ਕਿੱਧਰ ਅੱਗ ਲਾਤਾ। ਮੈਂ ਤੈਨੂੰ ਕਿਹਾ ਦਈ ਨੇ ਸੌਦਾ ਖਤਮ ਹੋਵੇ, ਪਰਸੋਂ ਤੈਨੂੰ ਪਰਚੀ ਫੜਾਈ ਹੈ ਮੈਂ ਬਣਾ ਕੇ ਸਾਰੀ। ਮੈਨੂੰ ਪਰਚੀ ਫੜਾਈ ਹੈ, ਤੁਹਾਡਾ ਹੱਕ ਨੀ ਬਣਦਾ ਕੁਛ ਲਿਆਉਣ ਦਾ। ਨਾਲੇ ਮੇਰੀ ਗੱਲ ਸੁਣੋ, ਮੈਥੋਂ ਨੀ ਤੁਹਾਡੇ ਖਰਚੇ ਪੁੱਗਦੇ, ਆਪਦਾ ਜਿੱਥੋਂ ਮਰਜ਼ੀ ਲਿਆਓ, ਜਿੱਥੋਂ ਨਾ ਲਿਆਓ। ਮੈਂ ਕਿੱਥੋਂ ਲਿਆਵਾਂ ਜੀ ਹੁਣ? ਮੈਨੂੰ ਨੀ ਪਤਾ, ਜਿੱਥੋਂ ਮਰਜ਼ੀ ਲਿਆ, ਆਪਦੇ ਭਾਈਆਂ ਨੂੰ ਫੋਨ ਕਰਦੇ, ਉਹ ਦੇ ਜਾਣਗੇ। ਮੇਰੇ ਸਾਲਿਓ ਤੁਸੀਂ ਤਾਂ ਬੱਬਰ ਵਧਾ ਰੱਖੇ ਨੇ ਖਾ ਖਾ ਕੇ, ਮੈਂ ਕਿੱਥੋਂ ਲਿਆਊਂਗਾ ਇੰਨਾ ਖਰਚਾ। ਲੈ ਜੀ, ਜੋ ਤੁਹਾਡੇ ਨਾਲ ਗਈ ਹੁਣ ਮੇਰਾ ਖਰਚਾ ਤੁਸੀਂ ਚੱਕੋਗੇ, ਹੋਰ ਕੌਣ ਚੱਕੂ, ਮੇਰਾ ਭਾਈ ਕਿਉਂ ਚੱਕੂਗਾ? ਸਾਲੀ ਪਿਆਣ ਦੀ ਹਜੇ ਮੂਰਖ ਬੋਲਦੀ ਆ। ਮੇਰੇ ਪਿੰਡ ਦੀ ਹੈ, ਮੈਨੂੰ ਦੁੱਖ ਲੱਗਦਾ ਰੋਜ਼ ਦਾ ਕੁੱਤ ਕਲੇਸ਼ ਡੇਲੀ ਸੁਣਦਾ ਇੱਥੋਂ। ਜੇ ਤੇਰੇ ਪਿੰਡ ਦੀ ਲੈ ਜਾ ਲੈ ਜਾ ਦੇ ਘਰੇ। ਬੇ ਇਹੀ ਹੈ ਜਿਹੜੇ ਤੇਰਾ ਘਰ ਵਸਾ ਗਈ, ਕੋਈ ਹੋਰ ਹੁੰਦੀ ਪੈਰ ਨਾ ਪਾਉਂਦੀ ਉਰੇ। ਪੈਰ ਨਾ ਪਾਉਂਦੀ, 15 ਕਿੱਲੇ ਆਂਦੇ ਨੇ ਜੱਟ ਨੂੰ, ਪੈਰ ਕਿਉਂ ਨਾ ਪਾਉਂਦੀ? ਅਬੇ ਮੈਂ ਜਾਣਦੀ ਆ 15 ਕਿੱਲੇ ਵਾਲਿਆਂ ਨੂੰ, ਤੇਰਾ ਰਿਸ਼ਤਾ ਨਹੀਂ ਤੁੰਦਾ, ਤੈਨੂੰ ਕੁੜੀ ਨਹੀਂ ਜੁੜਦੀ। ਤੂੰ ਮੇਰੇ ਹੁਣ ਚੱਪ ਚੱਪ ਮੇਰੇ ਘਰੇ ਆ ਕੇ ਮੇਰੇ ਤੇ ਰੋ ਮਾਰ ਕੇ, ਤੂੰ ਨਿਕਲ ਜਾ ਬਾਬੀ ਇੱਥੋਂ, ਨਹੀਂ ਪੁਰਾਣ ਮੇਰੇ ਕੰਮ ਇੱਥੋਂ। ਭੈਣੇ ਤੂੰ ਬਾਗੇ, ਤੂੰ ਤੇਰੇ ਮੁਰੇ ਉੱਤੇ ਬਾਬੀ ਮੈਂ ਤਾਂ ਕੁਸੋ ਨਹੀਂ ਬੋਲਾਂ ਨਹੀਂ ਜਾਂ ਤੂੰ ਮੇਰੇ ਨਾਲ ਮਰਦਾ ਹੀ ਬੰਦਾ। ਕੁਛ ਨੀ ਹੋਇਆ ਪੁੱਤ, ਮੈਂ ਤਾਂ ਤੇਰੀ ਜ਼ਿੰਦਗੀ ਵੀ ਖਰਾਬ ਕਰ ਰੱਖੀ ਹੈ। ਪੁੱਤ ਤੈਨੂੰ ਭੁੱਖ ਲੱਗੀ ਹੈ ਨਾ? ਹਾਂ ਮੰਮੀ। ਚੱਲ ਤੈਨੂੰ ਰੋਟੀ ਦੇ ਮੰਮੀ। Oh.
हां जी वीरे। भाई तुसी? हां भाई आदमी। भाई आ तू रोज कुटता ही जानी आ। तैं गा तो नहीं दसया सानू। भाई जी थोनू किने दसया? मैं दसया। ना दसा ना होर की करा, तू तो कुछ बोल दी नहीं। ना आखिरकार मेरे नाल पढ़ी है तू, अपन कठे एक कॉलेज जाते रहेंगे, मैथों तू जरी आंदी तू रोंदी, तेरे रोन दी आवाज़ मेरे घर तक आउंदी ने, मेरा दिल निकल निकल जाता गा। नहीं कुड़िए तेरा हक नहीं बनता जी दसन का, ठीक है तू तो गूंगी बन गई, माड़ा मोटा तो दसना दिया भी मेरे नाल आहा कुछ हो रहा कुट कटापा। वीरे नूं लै जा इत्थों, इहदा कोई हिला नहीं इत्थे, नहीं तां नूं जानो मार दूगा उह मलंग। आए किवें मार दूगा बई, आ रहे हां असीं, आण दे तां उहनूं कित्थे मलंग। मोर बना देखना मैं तो गल लुको के रखी थी, मैं चल संधि होजू गल किसे लोटा टिक जूगा प्राणा, पर लक्षण नहीं है वीरे ये दस दी नहीं सी, फिर मैनू थोनू फोन करना पिया, मेरा मिट्टी का बाबा बन गई, ये मुंह च नहीं है बोल। ਸੁਖਿਆ ਰਹੀ ਬਈ ਤੈਂ ਦੱਸਦਾ ਇਹਨੂੰ ਕੱਲ ਨੂੰ ਮਾਰ ਕੇ ਖਪਾ ਦਾਂਦਾ ਕੀ ਪਤਾ ਲੱਗਦਾ। ਦੇਖ ਲੈ ਬਾਈ ਹਜੇ ਵੀ ਕਹਿਣ ਲੱਗ ਰਹੀ ਆ ਵੀ ਤੈਂ ਕਿਉਂ ਦੱਸਿਆ। ਕਿੱਥੇ ਭੈਣੇ ਹੁਣ ਉਹ ਮਲੰਗ? ਲੈ ਉਹ ਆ ਗਿਆ ਵੀਰੇ, ਦੇਖ ਵੀਰੇ ਆ ਰੋਜ਼ ਰੋਜ਼ ਤਾਂ ਗੱਲਾਂ ਹੁੰਦੀਆਂ ਨੀ, ਅੱਜ ਇੱਕ ਪਾਸਾ ਕਰ ਦਿਓ। ਇੱਕ ਪਾਸੇ ਕਰਨਾ ਹੈ ਭੈਣੇ, ਅੱਜ ਨਹੀਂ ਬਖਸ਼ਦੇ ਹੈਗੇ ਉਹਨੂੰ, ਤੂੰ ਦੇਖਦੀ ਜਾ ਉਹਦਾ ਕਰਦਾ ਕੀ ਆ, ਆ ਜਾਣ ਦੇ ਇਹਨੂੰ। ਕਿਹਾ शर्म करो शर्म, ए गलती है जेडे ने मेनू दसे नी अज तक, साडी कुड़ी नू तू रोज कुटदा की गल, ओए की नहीं दिता तेनू, ओए ट्रालियां भर के समान दियां दित्तियां, 15 लाख रुपया कैश दिता, पैलेस से थोड़ी सेवा करी, की घाटती साडे वे। फिर आ चीज किवें गणा ना तू यार, 15 की लियांदे तां दित्ता, नाले मेरी गल सो की कहा उहनूं, पछाओ मैनूं की कहा दस। मेरी गल सुन, मैं तैनूं हजे भी सियाणा कहना भी सियाणा बन जा, उहदे कुट कुट के ते गस्सियां पार खेने यार तैं। ओ यार जे घूरती थोड़ा वाला फिर किड्डी गल होगी यार, असीं तैनूं घूरता ना, तू कहना सी घूरदा जी कुड़ी नूं साडी नूं, ਸਾਡੀ ਘੂਰ ਦੇਖੀ ਅੱਜ ਘੂਰ ਕਸੁੰਦੀ ਕੀ ਹੈ ਯਾਰ, ਕਮਾਲ ਕਰੀ ਜਾਂਦੇ ਹੋ ਤੁਸੀਂ ਯਾਰ, ਮੇਰੇ ਘਰੇ ਆ ਕੇ ਮੇਰੇ ਤੇ ਰੋਹ ਮਾਰੀ ਜਾਂਦੇ ਹੋ, ਮੇਰੀ ਗੱਲ ਸੁਣੋ ਕਰ ਲਿਓ, ਜਿਹੜਾ ਕੁਛ ਕਰਨਾ ਲੈ ਜਾਓ ਆਪਦੀ ਨੂੰ ਯਾਰ, ਕਮਾਲ ਕਰਦੀ ਥੋੜੀ ਦੀ, ਮੇਰੇ ਘਰੇ ਆ ਕੇ ਮਾਰ ਦਿਓ ਭੈਣ ਦੇ ਯਾਰ, ਮੇਰੀ जमी बई माफ कर दो यार, अगे तो ही गलती नहीं होंगी, मैनू माफ कर दो बई बन के। मेरी गल सुनो बे ठीक है, जे तेरी भैन होवे उनू कोई कुटे तू जर लेगा पहला ही दस, तू आपदे ते लाके चल गल, मैनू माफ कर दो भाई, अभी तो कदे इहो जी गल। ओ यार माफी वाली केड़ी गल आ, असी माफी थोड़ी मंगाना आए हां, असी रब थोड़ी हां, सानू मजबूर होके आना पिया, तेरे ते हत्थ तां चकना पिया, पहला असी कदे हत्थ चके तेरे ते, असी मजबूर हो गए बस, फिर अगे ते थानू इहो जी गलती कदे नहीं मिलूगी। देख ला भाई मर्जी आ तेरी यार, ठीक है असी कुड़ी का घर नहीं पटना चाहते, बस आ चीज सोच रहा हूं, बस इस तो बाद कदे थोनू लंबा नहीं होगा, बस ठीक है भाई चल जल्दी भाई, ठीक है भैने असी चलते हैं, ठीक है भाई चंगा, ध्यान रखी नाले हुण आपदा, ठीक है सोच रहा भाई थोनू कदे लंबा नहीं होगा, चंगा भाई लंबा नहीं होगा, नाले साडा मन दुखी होता होए। ਮੇਰੇ ਲਈ ਬਹੁਤ ਹੈ।
पली। हाँ जी। मैं तो ये कह रहा थी भी मैं सनु पानी का तो क्या पिया नहीं होनी तू मैं पिया दंदा। Thank you.